ਮਾਸ਼ਾਅੱਲਾ ਜੀ, ਰੈੱਡ ਸੈਡਲ ਦੀ ਫੀਮੇਲ ਆ, 6ਵੀਂ 7ਵੀਂ ਗਲੀ ਦੇ ਵਿੱਚ ਹੈ। 6ਵੀਂ 7ਵੀਂ ਗਲੀ ਕੱਢ ਰਹੀ ਹੈ, ਰੈੱਡ ਸੈਡਲ ਫੀਮੇਲ ਹੈਗੀ ਹੈ। ਮਾਸ਼ਾਅੱਲਾ ਬਹੁਤ ਅੱਛੇ ਸਾਈਜ਼ ਵਿੱਚ ਹੈ। ਰੈੱਡ ਸੈਡਲ ਹੈਗੀ ਹੈ, ਮੋਲਟਿੰਗ ਤੇ ਹੈ, ਮੁਕੰਮਲ ਮੋਲਟਿੰਗ ਸੀ। ਮਾਸ਼ਾਅੱਲਾ 7ਵੀਂ ਗਲੀ ਦੀ ਮਾਸ਼ਾਅੱਲਾ ਜੀ, 7ਵੀਂ ਗਲੀ ਚ ਫੀਮੇਲ ਮੋਲਟਿੰਗ ਦੇ ਅੰਦਰ ਮੁਕੰਮਲ। ਸੱਤਵੀਂ ਗਲੀ ਚ 7ਵੀਂ ਔਰ 8ਵੀਂ ਨਿਕਾਲ ਰਹੀ ਹੈ। ਮਾਸ਼ਾਅੱਲਾ ਜੀ, ਪਹਿਲੀ ਗਲੀ ਦੇ ਬੱਚੇ ਆ। ਮਾਸ਼ਾਅੱਲਾ ਬਹੁਤ ਪਿਆਰਾ ਸਾਈਜ਼ ਹੈ। ਟੇਲ ਮਾਰਕ ਹੈ, ਪਹਿਲੀ ਗਲੀ ਦੇ ਬੱਚੇ ਆ। ਮਾਸ਼ਾਅੱਲਾ ਬਹੁਤ ਖੂਬਸੂਰਤ ਸਾਈਜ਼ ਹੈ। ਮਾਸ਼ਾਅੱਲਾ ਜੀ, ਪਹਿਲੀ ਗਲੀ ਦੇ ਬੱਚੇ ਆ। ਸਾਈਜ਼ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਬੱਚਿਆਂ ਦਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਬਲੈਕ ਸੈਡਲ ਪਾਇਡ ਕਲਰ ਹੈਗਾ, ਬਲੈਕ ਸੈਡਲ ਪਾਇਡ ਚਿਕਸ ਹੈਗੇ ਆ। ਮਾਸ਼ਾਅੱਲਾ ਬਲੈਕ ਸੈਡਲ ਪਾਇਡ ਚਿਕਸ ਹੈਗੇ ਆ, ਆਊਟ ਕਟਿੰਗ ਦੇ ਵਿੱਚ ਆ। ਸਾਈਜ਼ ਮਾਸ਼ਾਅੱਲਾ ਆਊਟਸਟੈਂਡਿੰਗ ਹੈਗਾ, ਫੁੱਲ ਫੈਨਟੇਲ ਹੈ, ਜ਼ਬਰਦਸਤ ਸਾਈਜ਼ ਦੇ ਵਿੱਚ ਬੱਚੇ ਆ। ਮਾਸ਼ਾਅੱਲਾ ਸਾਈਜ਼ ਬਹੁਤ ਪਿਆਰਾ ਮਾਸ਼ਾਅੱਲਾ ਬੱਚਿਆਂ ਦਾ। ਬਲੈਕ ਸੈਡਲ 'ਚੋਂ ਨਿਕਲੇ ਹੋਏ ਆ। ਮਾਸ਼ਾਅੱਲਾ ਪਾਇਡ ਕਲਰ ਦੇ ਚਿਕਸ ਹੈਗੇ। ਮਾਸ਼ਾਅੱਲਾ ਜੀ, ਤੀਸਰੀ ਚੌਥੀ ਗਲੀ ਦਾ ਪੇਅਰ ਹੈਗਾ ਰੈੱਡ ਸੈਡਲ। ਮਾਸ਼ਾਅੱਲਾ ਫੁੱਲ ਡਾਰਕ ਕਲਰ ਦੇ ਵਿੱਚ ਹੈਗੇ ਆ, ਔਰ ਜ਼ਬਰਦਸਤ ਸਾਈਜ਼ ਦੇ ਵਿੱਚ ਮਾਸ਼ਾਅੱਲਾ ਬੱਚੇ, ਅੱਛੀ ਕਲਾਸ ਦੇ ਵਿੱਚ ਹੈ। ਸਾਈਜ਼ ਮਾਸ਼ਾਅੱਲਾ ਬਹੁਤ ਪਿਆਰਾ ਸਾਈਜ਼ ਹੈ, ਮੋਲਟਿੰਗ ਦੇ ਅੰਦਰ ਇਸ ਟਾਈਮ ਬੱਚੇ ਜਿਹੜੇ ਨਾ ਮੋਲਟਿੰਗ ਦੇ ਵਿੱਚ ਹੈਗੇ ਇਸ ਟਾਈਮ। ਸਾਈਜ਼ ਬਹੁਤ ਆਊਟਸਟੈਂਡਿੰਗ ਸਾਈਜ਼ ਹੈ ਮਾਸ਼ਾਅੱਲਾ ਬੱਚਿਆਂ ਦਾ। ਡਾਰਕ ਕਲਰ ਹੈ, ਰੈੱਡ ਸੈਡਲ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਬਲੈਕ ਸੈਲਫ ਕਲਰ, ਇਨਕੇ ਚਿਕਸ ਮਿਲ ਜਾਏਗੇ। ਬ੍ਰੀਡਰ ਪੇਅਰ ਹੈ ਇਹ, ਫੋਰ ਸੇਲ ਨਹੀਂ ਹੈ, ਇਨਕੇ ਚਿਕਸ ਵਗੈਰਾ ਮਿਲ ਜਾਏਗੇ ਜੀ। ਅਸਲਾਮ ਅਲੈਕੁਮ ਦੋਸਤੋ, ਇਹ ਸੈਡਲ ਫ੍ਰਿਲ ਕੀ ਕਲੋਨੀ ਲੱਗੀ ਹੋਈ ਹੈ ਸਾਰੀ, ਇਸਮੇ ਸਾਰੇ ਕਲਰ ਮੌਜੂਦ ਹੈ, ਲੇਕਿਨ ਇਨਕੀ ਬ੍ਰੀਡ ਮਿਲ ਜਾਏਗੀ ਆਪਕੋ। ਸਿਲਵਰ ਸੈਡਲ ਹੈ, ਗ੍ਰਿਜ਼ਲ ਹੈ, ਯੈਲੋ ਸੈਡਲ ਹੈ, ਇਸਮੇ ਬਲੈਕ ਸੈਡਲ ਹੈ, ਰੈੱਡ ਸੈਡਲ ਹੈ, ਔਰ ਬਲੂ ਬਲੈਕ ਬਾਰ ਪੜੇ ਹੋਏ ਹੈ, ਠੀਕ ਹੈ। ਇਸਮੇ ਸਾਰੇ ਕਲਰ ਮੌਜੂਦ ਹੈ ਔਰ ਸਭੀ ਕੀ ਬ੍ਰੀਡ ਮਿਲ ਜਾਏਗੀ, ਠੀਕ ਹੈ। ਆਪਣੀ ਲੋਕੇਸ਼ਨ ਹੈ ਫੈਸਲਾਬਾਦ ਸਿਟੀ ਏਰੀਆ, ਨਾਮ ਮੇਰਾ ਹੈ ਮੁਹੰਮਦ ਅਲੀ ਕੰਬੋ। ਮਾਸ਼ਾਅੱਲਾ ਜੀ, ਇੰਪੋਰਟਡ ਰਿੰਗ ਬਰਡ ਹੈ, ਵਾਈਟ ਫ੍ਰਿਲ ਹੈ। ਇਹ ਟੋਟਲ ਕਲੋਨੀ ਜੋ ਹੈ ਨਾ, ਇਹ ਵਾਈਟ ਫ੍ਰਿਲ ਕੀ ਹੈ, ਇਨਕੇ ਚਿਕਸ ਅਵੇਲੇਬਲ ਹੈ। ਇਨਕੇ ਚਿਕਸ ਵਗੈਰਾ ਨਾ ਅਵੇਲੇਬਲ ਹੈ। ਅਸਲਾਮ ਅਲੈਕੁਮ ਦੋਸਤੋ, ਇਹ ਸਾਰਾ ਸ਼ੀਲਡ ਕਰੋਪਰ ਲੱਗੇ ਹੋਏ, ਇਹ ਪੂਰੀ ਕਲੋਨੀ ਜੋ ਹੈ ਨਾ ਸ਼ੀਲਡ ਕਰੋਪਰ ਕੀ ਹੈ।
इसमें मेरे पास येलो कलर पड़ा हुआ है, रेड कलर पड़ा हुआ है, ब्लैक कलर पड़ा हुआ है, ठीक है, और ब्लू कलर पड़ा हुआ है, ब्लू बारलेस पड़ा हुआ है, ठीक है, सिल्वर कलर पड़े हुए हैं। और इनकी भी आपको ब्रीड मिल जाएगी। मेरी लोकेशन है फैसलाबाद सिटी एरिया, नाम मेरा है मोहम्मद अली कंबो, ठीक है, चेक कर लें। माशाल्लाह अच्छी क्लास में, अच्छे साइज़ों में पीस पड़े हुए हैं माशाल्लाह जी। ये मैगपाई पाउडर लगे हुए हैं, रिवर्स स्विंग है, अच्छी क्लास के, अच्छे साइज़ों में पेयर लगे हुए हैं। टोटल सारे कलर मौजूद हैं, जितने भी कलर हैं, रेड पड़ा हुआ है, वाइट पड़ा, ब्लू पड़ा हुआ है, सिल्वर पड़ा हुआ है, आलमंड कलर पड़ा हुआ है, येलो कलर है, रेड कलर है, सारे कलर मौजूद है। और इनके चिक्स वगैरह मिल जाएंगे आपको, किसी भी दोस्त को चाहिए हो। नाम मेरा मोहम्मद अली कंबो है, लोकेशन है फैसलाबाद सिटी एरिया। चला वाइट अमेरिकन फैंटेल है, ये वाइट अमेरिकन फैंटेल की कलोनी है, इनके चिक्स वगैरह मिल जाएंगे, ठीक है, इनके चिक्स मिल जाएंगे आपको। लोकेशन मेरी फैसलाबाद सिटी एरिया है, नाम मेरा मोहम्मद अली कंबो है, ठीक है। इम्पोर्टेड ब्लड लाइन है, रिंग बर्ड है, बहरीन बैंडेड पेयर पड़े हुए हैं सारे। दोस्तों ये टेल मार्क की कलोनी है, ये इसमें ब्लैक टेल, रेड टेल, येलो टेल, सिल्वर टेल और ब्लैक सैडल वगैरह, ब्लैक बॉडी, वाइट टेल, ये सारा मतलब के ना सेटअप लगा हुआ है। इनके चिक्स वगैरह अवेलेबल हैं, चिक्स मिल जाएंगे इनके, जिस दोस्त को भी चाहिए हो। लोकेशन फैसलाबाद सिटी एरिया है, नाम मेरा मोहम्मद अली कंबो है, ठीक है, चेक कर सकते हैं आप। माशाल्लाह सारे फुल फैंटेल लगे हुए हैं।